ਜਿਹੜਾ ਸਕੂਲ ਲਿਖਿਆ ਹੋਇਆ ਹੈ ਤੇ ਹੇ ਮੈਨੂੰ ਸ਼ੱਕ ਕਿ ਮੀਰ ਆਲਮਾਂ ਦਾ ਮੇਰੀ ਹੀ ਅਸਲਾ ਵੀ ਮੀਰ ਆਲਮਾਂ ਕੋ ਤਲੀਮ ਲਵਾਂ ਤਾਂ ਗੁਲੂਕਾਰ ਬਣ ਸਾਂ ਕੋਈ ਫਨਕਾਰ ਬਣ ਜਾ ਬੱਚਾ ਦਿਖੋ ਸੀ ਦੇਸੀ ਤੇ ਮੈਂ ਵਿਹਲੇ 'ਚ ਬਣਿਆ ਭੁੱਖ ਦੇ ਹਾਲ ਹੈ ਕੁੱਟੋ ਜੀ ਆਓ ਕਰੋ ਜਾਂਦੇ ਕਿਸੇ ਮੀਰ ਆਲਮ ਮੱਥੇ ਲੱਗਣੇ ਆ ਤੇ ਉਹ ਤੋਂ ਸਿੱਖਣੇ ਆ ਦਾ ਗੱਲ ਬਈ ਤੇਰੇ ਆਖਣ ਦੀ ਵਜ੍ਹਾ ਤੋਂ ਮੈਂ ਆ ਸਕੂਲ ਬਣਾਇਆ ਤਲੀਮ ਦਾ ਹਾਂ ਤੇ ਸ਼ੋਰਮੀਆਂ ਵੀ ਬੰਦਿਆਂ ਚ ਬਹਾਨਾ ਭਰੀਆਂ ਚ ਬਹਾਨਾ ਰੋਲੇ ਰੱਪੇ ਚ ਬਹਾਨਾ ਤੇ ਕਿਸੇ ਨੂੰ ਕੀ ਪਤਾ ਬਈ ਇਹਨਾਂ ਦੇ ਘਰ 'ਚ ਆਟਾ ਹੀ ਕੋਈ ਨਾ ਹੈ ਮੈਂ ਤੈਨੂੰ ਅੱਪਾ ਕਦੋਂ ਦੀ ਪਿੱਟਣ ਲੱਗੀ ਐ ਤੋਏ ਕਿਹੜੀ ਮੇਰੀ ਮੰਨੀ ਜਾਂ ਸੁਣੀ ਤੂੰ ਪਹਿਲਾਂ ਮੈਂ ਬੰਦਾ ਬਣਾ ਨਾ ਮੈਂ ਤੈਨੂੰ ਨਹੀਂ ਜਾ ਤੂੰ ਇਹ ਦੁਆ ਕਰ ਅੱਲਾ ਕਰੇ ਤੇ ਕੋਈ ਸ਼ਗੀਰ ਨਾ ਆ ਜਾਵੇ 5 ਸਾਲ ਅੱਲਾ ਲਾਇਆ ਵੀ ਹੈ ਲਾਇਆ ਵੀ ਆਪਣੀ ਰੋਜ਼ੀ ਟੋਰ ਬੋਸੀ ਲਾਇਆ ਵੀ ਤੂੰ ਮੈਂ ਤਾਂ ਅੱਲਾ ਕਰੇ ਤੇਰਾ ਸਕੂਲ ਚੱਲੇ ਆ ਮੂਠੀ ਪਈਏ ਪਰਾਤ ਅੱਲਾ ਨੂੰ ਕਦੇ ਸਿੱਧਿਆ ਵੀ ਕਰ ਸੀ ਆਟੇ ਆਸਤੇ ਅੱਲਾ ਖੈਰ ਕਰ ਸੀ ਆ ਦੁਆ ਮੰਗ ਤੂੰ ਉਸਤਾਦ ਜੀ ਸਲਾਮ ਅਲੈਕਮ ਵਾਲੇਕਮ ਅਸਲਾਮ ਆਈਏ ਆਈਏ ਇਹ ਜੀ ਬੈਠੋ ਬੈਠਾ ਬੈਠੋ ਇੱਕ ਮਿੰਟ ਜੀ ਇਹ ਜੀ ਜੀ ਮੈਂ ਪੜਿਆ ਜੀ ਇਹ ਮੌਸੀਕੀ ਦਾ ਸਕੂਲ ਮੌਸੀਕੀ ਦਾ ਮੈਨੂੰ ਜੀ ਸ਼ੌਂਕ ਹੈ ਮੌਸੀਕੀ ਦਾ ਬੈਠੋ 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 ਬਰਖੁਰਦਾਰ ਬੈਠੋ ਇਹ ਜੀ ਮੈਨੂੰ ਬੜਾ ਸ਼ੌਂਕ ਹੈ ਮੌਸੀਕੀ ਦਾ ਤੁਹਾਨੂੰ ਬੜਾ ਸ਼ੌਂਕ ਹੈ ਜੀ ਆ ਗਾਉਣ ਦਾ ਬੜਾ ਹੀ ਸ਼ੌਂਕ ਹੈ ਬੜਾ ਜੀ ਬੜਾ ਅੱਛਾ ਗਾਣਾ ਗਾਓਗੇ ਹਾਂਜੀ ਗਾਵਾਂਗੇ ਗਾਣਾ ਪਹਿਲੇ ਵੀ ਕੋਈ ਸ਼ੌਂਕ ਰੱਖਦੇ ਹੋ ਜਾਂ ਸ਼ੌਂਕ ਬੜਾ ਹੈ ਮੈਨੂੰ ਇਸ ਪਾਸੇ ਆ ਪੁੱਤਰ ਇਸ ਪਾਸੇ ਆ ਇਸ ਪਾਸੇ ਆ ਨਾ ਮੇਰੀ ਚੰਡ ਦੇ ਥੱਲੇ ਆ ਕੀ ਮੇਰੇ ਘੰਟੇ ਨਾ 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 ਮੇਰਾ ਹੱਥ ਸੱਜਾ ਨਾ ਮੇਰਾ ਚਾਟ ਚੂਟ ਹੀ ਮਾਰਨੀ ਪੈ ਜਾਂਦੀ ਹੈ ਨਾ ਫਿਰ ਸਾਡ ਦੇ ਥੱਲੇ ਬਵੋ ਓਏ ਓਏ ਜਾ ਕੇ ਉਸਤਾਦ ਜੀ ਕੋਲ ਬਹਿ ਗਏ ਉਸਤਾਦ ਜੀ ਤੁਸੀਂ ਆਪ ਉੱਥੋਂ ਇੱਥੇ ਖਲਿਆ ਚਲੋ ਪਹਿਲਾਂ ਹਰਕਤਾਂ ਦੇ ਤੈਨੂੰ ਕੋਈ ਨਹੀਂ ਗਾਣਾ ਸਿਖਾਈਂਦਾ ਉਸਤਾਦ ਜੀ ਆ ਇਹ ਤੋ ਆ ਪਾਇਆ ਇਹ ਤੋ ਆ ਪਾਇਆ ਨਾ ਉੱਤੇ ਬੈਠਾ ਤੇਰੇ ਉੱਤੇ ਉੱਤੇ ਬੈਠਾ ਹਾਂ ਦਫਾ ਲੈ ਮੈਂ ਸਮਝ ਵੀ ਕੁੱਤਾ ਨਾਲ ਬਹਿ ਗਿਆ ਅੱਛਾ ਅੱਛਾ ਉਸਤਾਦ ਜੀ ਤੁਸੀਂ ਕੀ ਤਨਖਾਹ ਲੈਂਦੇ ਨੇ ਸਬਕ ਦੇ ਉੱਧਰ ਕੋਈ ਤਨਖਾਹ ਨਹੀਂ ਅੱਛਾ 6000 ਮਹੀਨਾ ਅੱਛਾ ਤੇ 500 ਰੁਪਏ ਦੀ ਫੀਸ ਤੁਸੀਂ ਜੇ ਕਰਿਆ ਨਾ ਜੀ ਤੁਸੀਂ ਮੇਰੇ ਕੋਲ 7000 ਲੈ ਕੇ ਮੈਨੂੰ ਇਥਾਂ ਇੱਥੇ ਬੈਠਾ ਰਾੜ ਦੇ ਬਿਆ ਤੇ ਗਾਣਾ ਵੀ ਜੀ ਖੜਾ ਤੂੰ ਉਹ ਗਾਣਾ ਆਪੇ ਸਿਖਾ ਲਈ ਸਰ ਮੈਨੂੰ ਬੜਾ ਬਦਤਮੀਜ਼ ਹੈ ਬਾਈ ਹੁਣ ਗਾਣੇ ਦੀ ਇਤਲਾ ਸ਼ੁਰੂ ਹੈ ਜਿਵੇਂ ਮੈਂ ਕਰਾਂ ਉਵੇਂ ਕਰਨੀ ਠੀਕ ਹੈ ਕਰ ਆਹਾ ਆ ਮੁੱਛਾ ਨਾ ਚਾਉ ਤਾ ਮੁੱਛਾ ਥੱਲੇ ਕਰਕੇ ਆਵਾਜ਼ ਲਾ ਉੱਲੂ ਦਾ ਬੱਚਾ ਨਹੀਂ ਮੈਂ ਸਮਝ ਲੈਣਾ ਜਾਨੂੰ ਆਹਾ ਹਟ ਕੇ ਸਾਵੇ ਉਹ ਸਾਵੇ ਗਾ ਮਾਇਆ ਤੇ ਫਿੱਟੇ ਮੂੰਹ ਮੇਰੇ ਤੂੰ ਪੱਠਿਆ ਸਭਾ ਕੇ ਪਕਾ ਆਵੇ ਖਾ ਮਾਇਆ ਤੇ ਦੋ ਕਖੀਆਂ ਲਈ ਆਵੀ ਓਏ ਮਾਇਆ ਹੈ ਪਾਗਲ ਨਾ ਹੋਏ ਤਾ ਪੁੱਠਾ ਮਾਇਆ ਓਏ ਮੇਰਾ ਮਾਇਆ ਚੈਨਲ ਤੇ ਚਲਾ ਗਿਆ ਠੀਕ ਹੈ ਠੀਕ ਹੈ ਆਵੇ ਖਾ ਮਾਇਆ ਮੇਰੇ ਤੇ ਰੱਬੂ ਗਿਆ ਏ ਦੋ ਕਖੀਆਂ ਲਈ ਆਵੀ ਵਾਹ ਬਾਈ ਵਾਹ ਬਾਈ ਵਾਹ ਓ ਮੇਰਾ ਬਾਈ ਉੱਲੂ ਦਾ ਪੱਠਾ ਚੱਲ ਚਾਲੀ ਵਾਰ ਓ ਮੇਰਾ ਇਹ ਚਰਖਾ ਨੌ ਲੱਖਾ ਕੁੜੇ ਨੀ ਮੇਰਾ ਇਹ ਚਰਖਾ ਨੌ ਲੱਖਾ ਲੱਖਾ ਆਹ ਲੱਖਾ ਲੱਖਾ ਇਹ ਚਰਖਾ ਨੌ ਲੱਖਾ ਕੁੜੇ ਨੀ ਮੇਰਾ ਇਹ ਚਰਖਾ ਨੌ ਕੁੜੇ ਕੁੜੇ ਨੀ ਕੁੜੇ ਕੁੜੇ ਕੀ ਹਾਲ ਹੈ ਆਈਏ ਹੋਰ ਠੀਕ ਆ ਓਏ ਹੋਰ ਵੀ ਬੇਟਾ ਠੀਕ ਹੈ ਅੱਲਾ ਦੀ ਰਹਿਮਤ ਹੈ ਓ ਮਾਂ ਵੀ ਠੀਕ ਹੈ ਪਿਓ ਵੀ ਠੀਕ ਹੈ ਸਾਰੇ ਵਾਹ ਬਈ ਵਾਹ ਬਈ ਵਾਹ ਕਿਵੇਂ ਕਿਵੇਂ ਆਵਣ ਕੀਤਾ ਅੱਛਾ ਤੇ ਗੂ ਸਕੂਲ ਤੇ ਲਿਖਿਆ ਖੜਾ ਬਈ ਉੱਤੇ ਮਸੀਕੀ ਤਾਲੀਮ ਮਸੀਕੀ ਤਾਲੀਮ ਵਾਹ ਬਈ ਆਇਆ ਤੁਹਾਡੇ ਕੋਲ ਉਸਤਾਦ ਜੀ ਵੱਲ ਸਿੱਖੇ ਵਾਹ ਬਈ ਵਾਹ ਬਈ ਵਾਹ ਇਹ ਕਿੰਨਾ ਦਾ ਮੁੰਡਾ ਤੂੰ
चंगी होगी गल एक तेन वटदा ਤੇ ਮੈਂ ਬੂਲੀ ਤਰ੍ਹਾਂ ਭੌਕ ਲਈ ਸਾਂ ਤੁਸੀਂ ਬੂਲੀ ਤਰ੍ਹਾਂ ਨੇ ਤੁਸੀਂ ਆਦਾ ਗਾਣਾ ਸਾਨੂੰ
ਜਿਵੇਂ ਉਸਤਾਦ ਭੌਕਦਾ ਪਿਆ ਉਵੇਂ ਐਸਾ ਹੀ ਭੌਕਦਾ ਇਹ ਮੂੰਹ ਤੇਰਾ ਕਮੀਨਾ ਕੁੱਤਾ ਅੱਪਾ ਮੇਰੀ ਗੱਲ ਸੁਣ ਮੈਂ ਰੜੇ ਆਵੀ ਅੱਪਾ ਤੋਰ ਫਿਟਾ ਮੂੰਹ ਤੇਰੇ ਅੱਜ ਉਸਤਾਦ ਦੀ ਬਾਰੀ ਤੇ ਭੌਕਣਾ ਵੇ ਇਹਨੇ ਅਗਲੇ ਦਾ ਗਾਣਾ ਗਾਇਆ ਹੀ ਹਾਂ ਸੋਹਣਾ ਹਾਂ ਮੈਂ ਅਗਲੇ ਦੇ ਕੱਪੜੇ ਧੋਣ ਗਈ ਟੁਵਾਲ ਤੇ ਐਡਾ ਸੋਹਣਾ ਗਾਣਾ ਗਾਇਆ ਸੁਣਾ ਕਿ ਮੈਂ ਖਲਾਉਂਦਾ ਵਾ ਤੈਨੂੰ ਵਾਲੇ ਖਾਣੇ ਸੋਹਣਾ ਦਾ ਸੁਣਾਓ ਜੀ तू सुना की गाना लेके आया वो गाना है शकल वेख ते गाना ऐसी और मजीद वीडियो देखने के लिए हमारे डमरू टीवी को लाइक करें, शेयर करें, सब्सक्राइब करें। शुक्रिया।